ਸ਼ਾਂਤਾ ਪਾਤਸ਼ਾਹ ਜੀ ਨੂੰ ਆਪਣੀ ਪਾਰ ਕਿਰਪਾ ਦਿਆਨੰਦਾ ਪਾਤਸ਼ਾਹ ਜੀ ਨੂੰ ਅੱਜ ਮਾਣਾ ਕੀਤੇ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਆਪ ਜੀ ਅਦਾਸ ਤੋਂ ਸੇਵਾ ਕਰਦਿਆਂ ਪਾਸੋਂ ਉਹ ਸੰਤਾਂ ਪਾਸੋਂ ਭਗਤਾਂ ਕਰਦਿਆਂ ਪਾਸੋਂ ਅਨੇਕ ਨਹੀਂ ਅਨੇਕ ਪਾਸਿਆਂ ਭਗਵਾਨ ਦਰਬਾਰਾਂ ਘਾਟਾ ਪਾਸੋਂ ਜੋੜ ਪਹਿਲਾਂ ਇਹਨਾਂ ਖੁਸ਼ੀਆਂ ਅੰਦਰ ਸਮੂਹ ਸੰਗਤ ਨੇ ਰਲ ਮਿਲ ਕਰਕੇ ਬੇਨਤੀ ਚੌਂਕ ਪੈਸਾ ਦੇ ਮਾਂ ਪੁੱਤਰ ਬੜੇ ਬੁਰੇ ਦਾ ਸਨਮਾਨ ਕਰੀਏ ਉਪਰੰਤ ਛੇ ਤੋੜੀਆਂ ਨੰਦ ਸਾਹਿਬ ਦੇ ਜਾਪ ਸਰਵਾਦਾ ਘਾਟਾ ਸਨਮਾਨ ਕਰਨਾ ਬੜੀ ਚੰਗੀ ਬਾਣੀ ਖੋਲ ਕਰਕੇ ਸਤਸੰਗ ਉੱਤੇ ਪ੍ਰਵਾਨ ਕਰੀ ਬਾਣੀ ਦਾ ਮਹਾਤਮ ਸਮੂਹ ਸੰਗਤ ਨੂੰ ਬਖਸ਼ ਕਰਕੇ ਦਰੋ ਧਰੋ ਗੁਰਸਿੱਖੀ ਜੀ ਦਾ ਨਾਮ ਦਾਨ ਚੜ੍ਹਦੀ ਕਲਾ ਦੇਹ ਰੂਪਾਂ ਤੰਦਰੁਸਤੀ ਜੀਵਨ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਸਮੂਹ ਸੰਗਤ ਨੂੰ ਆਪਣੇ ਪਰਸਪਰ ਪਿਆਰ ਮੇਲ ਸਾਲ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਆਪਣੇ ਨਾਂ ਦਰੋ ਧਰੋ ਨਾਮ ਕਾ ਰੰਗ ਸਾਧ ਕਾ ਸੰਗ ਨੇਤਾ ਭਗਤੀ ਦਾਸ ਪ੍ਰਦਾਨ ਕਰਨੀਆਂ ਦੀਆਂ ਵਿਆਹੀਆਂ ਉਪਾਧੀਆਂ ਦਾ ਨਾਸ਼ ਕਰਕੇ ਆਪ ਦੇ ਚਰਨ ਕਮਲਾਂ ਦੀ ਪ੍ਰੀਤੀ ਪ੍ਰਦਾਨ ਕਰਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨੀ ਚੜ੍ਹਦੀ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਇਹਨਾਂ ਹੀ ਪਾਤਸ਼ਾਹੀ ਸੇਵਾਵਾਂ ਅੰਦਰ ਜਿਹਨਾਂ ਮਾਈ ਭਾਈ ਨੇ ਪਾਤਸ਼ਾਹ ਜੀ ਉਹ ਮਾਇਆ ਕਰਕੇ ਸੇਵਾ ਨਿਭਾਈ ਸਰਦਾਰ ਸੰਦੀਪ ਸਿੰਘ ਜੀ ਕੈਨੇਡਾ ਸਰਦਾਰ ਕਰਮਵੀਰ ਸਿੰਘ ਜੀ ਯੂਕੇ ਸਰਦਾਰ ਮਨਵੀਰ ਸਿੰਘ ਜੀ ਯੂਕੇ ਸਰਦਾਰ ਜਸਕਰਨ ਸਿੰਘ ਯੂਕੇ ਸਰਦਾਰ ਹਜਿੰਦਰ ਸਿੰਘ ਯੂਕੇ ਸਰਦਾਰ ਮੇਜਰ ਸਿੰਘ ਜੀ ਯੂਕੇ ਵਾਲੇ ਸਰਦਾਰ ਬਲਵੀਰ ਸਿੰਘ ਜੀ ਯੂਕੇ ਸਰਦਾਰ ਮੱਕੀ ਸਿੰਘ ਜੀ ਯੂਕੇ ਸਰਦਾਰ ਅੰਮ੍ਰਿਤਪਾਲ ਸਿੰਘ ਕੈਨੇਡਾ ਸਰਦਾਰ ਨਵ ਸਿੰਘ ਕੈਨੇਡਾ ਬੀਬੀ ਜਸਕਰਨ ਕੌਰ ਕੈਨੇਡਾ ਤਥਾ ਜਿਨ੍ਹਾਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪ ਦੀ ਸੇਵਾ ਨਿਭਾਈ ਸਭ ਦੀਆਂ ਸੇਵਾ ਥਾਂ ਪਾਉਣੀ ਸੇਵਾ ਦੇ ਫਲਸਰੂਪ ਦਰੋ ਘਰੋ ਗੁਰਸਿੱਖੀ ਨਾਮਦਾਨ ਚੜ੍ਹਦੀ ਕਾਰੋਬਾਰ ਦੀ ਦਾਤਾਂ ਪ੍ਰਦਾਨ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਆਪ ਜੀ ਅੰਗ ਸੰਗ ਹੋ ਕੇ ਸਹਾਈ ਹੋਣਾ।